ਦੇਣਾ। ਅੱਜ ਜੇ ਲੋਕ ਦਾਨ ਦੇਣ ਡੇ ਆ, ਹੈਲਪ ਦੇਣ ਡੇ ਆ, ਕਿਹੜੇ ਲੋਕ ਲੈਣ ਜਿਹਨਾਂ ਕੋਲ ਪਹਿਲੋਂ ਸਭ ਕੁਛ ਹੈਗਾ ਵਾ। ਗਰੀਬ ਨੂੰ ਫਿਰ ਨਹੀਂ ਉਹਦੇ ਕੋਲ ਪਹੁੰਚ ਰਿਹਾ। ਤੇ ਜੇ ਪੱਖਪਾਤ ਕਰਕੇ ਕਿਸੇ ਨੂੰ ਦੇਣੇ ਕਿ ਸਾਡੇ ਆਪਣੇ ਪੱਖਪਾਤ ਕਰਦੇ ਆ, ਤੇ ਪਰਮੇਸ਼ਵਰ ਨੇ ਉਹਨਾਂ ਨੂੰ ਦੇਣ ਹੀ ਨਹੀਂ ਕਿਹਾ। ਬਾਈਬਲ ਪੜੋ, ਮੱਤੀ 25:31 ਜਦੋਂ ਪੜੋਗੇ ਤੁਹਾਨੂੰ ਉੱਥੇ ਪਤਾ ਲੱਗ ਜੂਗਾ ਇਹ ਕਿੰਨਾ ਲਈ ਹੈ ਹੈਲਪ, ਜਿਹੜੇ ਫੁੱਟਪਾਸਾਂ ਤੇ ਹੈ, ਜਿਹਨਾਂ 4-4 ਦਿਨ ਤੋਂ ਖਾਣਾ ਨਹੀਂ ਖਾਧਾ, ਉਹਨਾਂ ਦੇ ਕੋਲ ਜਾਓ। ਜੇ ਤੁਸੀਂ ਆਪਣੀ ਕਲੀਸਿਆ ਨੂੰ ਜਿੰਦਾ ਰੱਖਣਾ ਚਾਹੁੰਦੇ ਕਿ ਮੇਰੇ ਪਰਿਵਾਰ, ਮੇਰੀ ਕਲੀਸਿਆ, ਮੈਂ ਉਹਨਾਂ ਦੀ ਮਦਦ ਕਰਾਂ, ਇਹਦਾ ਮਤਲਬ ਕੀ ਹੈ ਕਿ ਅਸੀਂ ਸਿਰਫ ਪੱਖਪਾਤ ਕੀਤਾ, ਤੇ ਬਾਈਬਲ ਚ ਲਿਖਿਆ ਪ੍ਰਭੂ ਦੀ ਰਾਜ ਵਿੱਚ ਕਿਸੇ ਦਾ ਪੱਖਪਾਤ ਨਹੀਂ। ਵੇਖੋ, ਚੈੱਕ ਕਰੋ ਪਹਿਲਾਂ, ਜੇ ਉਹਦੇ ਘਰ ਦੇ ਵਿੱਚ ਨੌਕਰੀ ਆ, ਉਹ ਅੱਛਾ ਵਧੀਆ ਵਾ, ਉਹ ਆਪਣੀ ਹੈਲਪ ਕਰੇਗਾ, ਉਹਨੂੰ ਖੁਦਾ ਦੇਵੇਗਾ। ਪਰ ਤੁਸੀਂ ਉਹਦੀ ਵੇਖੋ, ਗਰੀਬ ਵੱਲ ਵੇਖੋ, ਜਿਹੜਾ ਵਿਚਾਰਾ ਜਿਹਦੇ ਕੋਲ ਕੁਛ ਨਹੀਂ ਆ, ਉਹਦੇ ਘਰਾਂ 'ਚ ਜਾਓ। ਭਾਵੇਂ ਉਹ ਤੁਹਾਡੇ ਨਹੀਂ ਚਰਚ ਆਉਂਦਾ, ਕੋਈ ਚੱਕਰ ਨਹੀਂ, ਅੱਜ ਆਪਾਂ ਚਰਚ ਦਾ ਕਰਕੇ ਨਹੀਂ ਦੇਣੀ ਕਿ ਉਹ ਸਾਡੇ ਚਰਚਾ ਵੇਚ ਤਾਂ ਦਾਂਗੇ, ਅਸੀਂ ਦੇਖੋ ਗਰੀਬ ਨੂੰ, ਉਹਦੀ ਮਦਦ ਕਰੋ। ਉਸ ਤੋਂ ਅਗਲੀ ਸਾਈਡ 'ਤੇ ਪੜਾਂਗਾ, ਉੱਥੇ ਕੱਢ ਲਿਖਿਆ, ਤਾਂ ਚੇਲਿਆਂ ਨੇ ਜਾ ਕੇ ਜੋਕਰ ਯਿਸੂ ਨੇ ਹੁਕਮ ਦਿੱਤਾ ਸੀ ਤਹੀਂ ਕੀਤਾ, ਅਤੇ ਗਦੀ ਦੇ ਬੱਚੇ ਸਣੇ ਲੈ ਅਤੇ ਗਦੀ ਦੇ ਬੱਚੇ ਨੂੰ ਬੱਚੇ ਸਣੇ ਲਿਆਏ ਅਤੇ ਆਪਣੇ ਕੱਪੜੇ ਉਹਨਾਂ ਦੇ ਉੱਤੇ ਪਾ ਦਿੱਤੇ ਅਤੇ ਉਹ ਉਹਨਾਂ ਉੱਤੇ ਬੈਠਾ। ਆਮੀ ਬਾਈਬਲ ਲਿਖਿਆ, ਗਦੀ ਦੇ ਬੱਚੇ ਨੂੰ ਉੱਥੇ ਲਿਆਂਦਾ ਅਤੇ ਦੱਸਾਂਗਾ ਆਪਣੇ ਕੱਪੜੇ ਉਹਨਾਂ ਗਦੀ ਦੇ ਉੱਪਰ ਜਦੋਂ ਪਹਿਲਾਂ ਪਾਇਆ ਤਾਂ ਪਰਮੇਸ਼ੁਰ ਉਹਦੇ ਉੱਪਰ ਬੈਠ ਗਿਆ। ਉਸ ਤੋਂ ਗਾੜੀ ਅਤੇ ਭੀੜ ਦੇ ਬਹੁਤੇ ਲੋਕਾਂ ਨੇ ਆਪਣੇ ਕੱਪੜੇ ਰਸਤੇ ਉੱਤੇ ਵਿਛਾਏ, ਪਰ ਹੋਰਨਾਂ ਨੇ ਦ੍ਰਿਸ਼ਾਂ ਦੀਆਂ ਟਾਹਣੀਆਂ ਵੱਢ ਕੇ ਰਸਤੇ ਉੱਤੇ ਵਿਛਾ ਦਿੱਤੇ। ਦੱਸਿਆ ਕਿ ਜਦੋਂ ਕੱਪੜੇ ਮੁੱਕ ਗਏ, ਹੁਣ ਕੱਪੜੇ ਨਹੀਂ ਹੈਗੇ, ਉਹਨਾਂ ਬਿਰਸ਼ਾਂ ਦੀਆਂ ਡਾੜੀਆਂ ਥੱਲੇ ਕੱਟ ਕੇ ਕੀ ਕਰਤੀਆਂ, ਪਛਾਤੀਆਂ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਜਗ੍ਹਾ 'ਤੇ ਕਿ ਗਧੇ ਨੂੰ ਪਹਿਲਾਂ ਕੋਈ ਨਹੀਂ ਪੁੱਛਦਾ ਬੱਧਾ ਸੀ, ਪਰ ਉਹਦੀ ਵੈਲੀ ਕਦੋਂ ਹੀ ਜਦੋਂ ਪਰਮੇਸ਼ੁਰ ਨੇ ਉਹਦੇ ਉੱਪਰ ਸਵਾਰੀ ਕੀ ਆ ਕੀਤੀ। ਅੱਜ ਦੇ ਗਧੇ ਤੁਸੀਂ ਜੇ ਮੈਂ ਵਾਂ, ਜੇ ਅਸੀਂ ਪਰਮੇਸ਼ੁਰ ਦੀ ਮਹਿਮਾ ਦੇ ਨਾਲ ਬਣੇ ਰਹਾਂਗੇ ਤਾਂ ਸਦਾ ਹੀ ਸਾਡੇ ਥੱਲੇ ਕੱਪੜੇ ਵਿਛਦੇ ਰਹਿਣਗੇ, ਸਦਾ ਹੀ ਬਲੈਸਿੰਗ ਦੇ ਵਿੱਚ ਰਵਾਂਗੇ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ, ਬਾਈਬਲ 'ਚ ਲਿਖਿਆ ਪਰਮੇਸ਼ੁਰ ਨੇ ਦਾਊਦ ਨੂੰ ਕੀ ਬੋਲਿਆ ਸੀ, ਜਦੋਂ ਤੁਸੀਂ ਪੜੋਗੇ ਫਸਟ ਰਾਜਾ ਉਹਦਾ 3 ਅਧਿਆਏ, ਉਹਦੀ 3-4 ਐਤ ਵਿੱਚ, ਮੇਰੇ ਕੋਲ 2-3 ਐਤ ਵਿੱਚ, ਉੱਥੇ ਲਿਖਿਆ ਪਰਮੇਸ਼ੁਰ ਨੇ ਦਾਊਦ ਨੂੰ ਬੋਲਿਆ ਕਿ ਜੇ ਤੇਰੀ ਵੰਸ਼ ਮੇਰੇ ਹੁਕਮਾਂ 'ਤੇ ਚੱਲੇਗੀ, ਮੇਰੀ ਵਿਧੀਆਂ ਅਤੇ ਮੇਰੇ ਕਾਨੂੰਨਾਂ ਨੂੰ ਮੰਨੇਗੀ, ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਇਸਰਾਈਲ ਉੱਤੇ ਰਾਜ ਦੀ ਗੱਦੀ 'ਤੇ ਬਹਿਣ ਦੀ ਕਮੀ ਨਹੀਂ ਹੋਏਗੀ। ਆਮੀਨ ਮੇਰੇ ਜੀ ਸਾਥੀਓ, ਜੇ ਅੱਜ ਅਸੀਂ ਬਲੈਸਡ ਆ, ਸਾਨੂੰ ਖੁਦਾ ਨੇ ਬਲੈਸਡ ਕੀਤਾ ਵਾ, ਉਹਦਾ ਕਾਰਨ ਕੀ ਆ ਕਿ ਤੁਸੀਂ ਉਹਦੀ ਆਗਿਆਕਾਰੀ 'ਚ ਬੜੇ ਰਹੋ, ਫਿਰ ਤੁਹਾਨੂੰ ਰੱਖਣ ਜੋਗੀ ਜਗ੍ਹਾ ਨਹੀਂ ਮਿਲੇਗੀ। ਔਰ ਦਾਊਦ ਨੇ ਜਦ ਸੁਲੇਮਾਨ ਨੂੰ ਬੋਲਿਆ, ਦੱਸਿਆ ਕਿ ਜਦੋਂ ਸੁਲੇਮਾਨ ਨੂੰ ਰਾਜ ਮਿਲਿਆ ਔਰ ਦਾਊਦ ਨੇ ਬੋਲਿਆ ਆਪਣੇ ਬੇਟੇ ਨੂੰ ਕਿ ਮੂਸਾ ਦੀ ਸ਼ਰ੍ਹਾਂ ਦੇ ਵਿੱਚ ਜੋ ਪਰਮੇਸ਼ੁਰ ਨੇ ਮੂਸਾ ਦੇ ਦੁਆਰਾ ਵਿਧੀਆਂ ਅਤੇ ਕਾਨੂੰਨ ਬੋਲੇ, ਔਰ ਪਰਮੇਸ਼ੁਰ ਨੇ ਬੋਲਿਆ ਹੀ ਕਿ ਜੇ ਤੂੰ ਮੇਰੀ ਵਿਧੀਆਂ ਮੇਰੇ ਕਾਨੂੰਨਾਂ ਨੂੰ ਮੰਨੇਗਾ ਤੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਤੇਰੀ ਅੰਸ਼ ਵਿੱਚੋਂ ਕਦੀ ਵੀ ਰਾਜ ਗੱਦੀ ਦੇ ਬਹਿਣ ਦੀ ਕਮੀ ਨਹੀਂ ਹੋਈ। ਮੇਰੇ ਜੀ ਸਾਥੀਓ, ਜੇ ਤੁਸੀਂ ਅੱਜ ਜੇ ਤੁਹਾਡੇ 'ਤੇ ਪ੍ਰਭੂ ਨੇ ਸਵਾਰੀ ਕਰ ਲਈ ਆ ਤੇ ਜੇ ਤੁਸੀਂ ਪ੍ਰਭੂ ਦੀ ਗੱਲ ਨੂੰ ਨਹੀਂ ਮੰਨੋਗੇ ਤੇ ਫਿਰ ਤੁਹਾਡੇ 'ਤੇ ਪ੍ਰੋਬਲਮ ਆਏਗੀ ਕਿਉਂਕਿ ਅੱਜ ਖੁਦਾ ਨੇ ਸਾਡੇ 'ਤੇ ਸਵਾਰੀ ਕਰ ਲਿਆ। ਸਾਨੂੰ ਕੱਪੜੇ ਮਿਲ ਗਏ, ਜੁੱਤੀਆਂ ਮਿਲ ਗਈਆਂ, ਕੋਟ ਮਿਲ ਗਏ, ਟਾਈਆਂ ਮਿਲ ਗਈਆਂ, ਵੱਡੀਆਂ ਗੱਡੀਆਂ ਮਿਲ ਗਈਆਂ। ਹੁਣ ਇਹਦਾ ਮਤਲਬ ਕੀ ਆ? ਹੁਣ ਸਾਨੂੰ ਲਗਾਤਾਰ ਹੀ ਖੁਦਾ ਦੇ ਹੁਕਮਾਂ ਨੂੰ ਮੰਨਣ ਦੀ ਲੋੜ ਆ। ਜੋ ਪ੍ਰਭੂ ਦਾ ਆਤਮਾ ਸਾਨੂੰ ਬੋਲਦਾ, ਸਾਨੂੰ ਉਹੀ ਕਰਨ ਦੀ ਲੋੜ ਆ। ਇੰਨੀ ਕੁ ਜ਼ਿਆਦਾ ਅਮੀਰ ਹੋ ਕੇ ਤੁਹਾਨੂੰ ਪ੍ਰਭੂ ਨੂੰ ਭੁੱਲ ਜਾਈਏ? ਮੇਰੇ ਜੀ ਸਾਥੀਓ, ਜੇ ਸੁਲੇਮਾਨ ਨਹੀਂ ਸਹੀ ਚੱਲਿਆ, ਪਰ ਪਰਮੇਸ਼ੁਰ ਨੇ ਉਸੇ ਵਕਤ ਉਹਨੂੰ ਫਿਰ ਸਜ਼ਾ ਦਿੱਤੀ ਆ। ਉਹਦੇ ਬੱਚੇ ਨੇ ਕਹੀ ਰੋਬਾਮ, ਉਹਨੇ ਵੀ ਗਲਤ ਕੰਮ ਕੀਤੇ ਆ। ਬਾਈਬਲ 'ਚ ਲਿਖਿਆ ਸੁਲੇਮਾਨ ਦੀ ਸਾਸੋ ਰਾਣੀ ਤੋਂ ਪ੍ਰਭੂ ਨਾਰਾਜ਼ ਨਹੀਂ ਸੀ, ਜਦੋਂ ਉਹਨੇ ਰਾਣੀਆਂ ਦੇ ਮਗਰ ਲੱਗ ਕੇ ਬੁੱਤ ਪੂਜਾ ਕੀਤੀ ਆ। ਉਸ ਤੋਂ ਬਾਅਦ ਬਾਈਬਲ 'ਚ ਲਿਖਿਆ ਉਸੇ ਵਕਤ ਅਦੋਮ ਦੇ ਵਿੱਚੋਂ ਇੱਕ ਬੰਦੇ ਨੂੰ ਭੇਜਿਆ, ਉਸੇ ਵਕਤ ਸੁਲੇਮਾਨ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ। ਮੇਰੇ ਜੀ ਸਾਥੀ, ਜਿਹਨੇ ਸੁਣ ਰਿਹਾ, ਪ੍ਰਭੂ ਬੁੱਤ ਪੂਜਾ ਤੋਂ ਮਨਾਹੀ ਕਰਦਾ, ਮੱਥਾ ਟੇਕਣ ਤੋਂ ਮਨਾਹੀ ਕਰਦਾ, ਅਸ਼ੁੱਧ ਚੀਜ਼ਾਂ ਤੋਂ ਮਨਾਹੀ ਕਰਦਾ। ਬਾਈਬਲ 'ਚ ਲਿਖਿਆ ਤੁਸੀਂ ਪੱਥਰਾਂ ਨਾਲ ਜਨਾਹ ਕਰਦੀਆਂ ਨੇ, ਤੁਸੀਂ ਰੁੱਖਾਂ ਨਾਲ ਜਨਾਹ ਕਰਦੀਆਂ ਨੇ। ਆ ਦੋ ਤਿੰਨ ਯੂਟਿਊਬ 'ਤੇ ਚੀਜ਼ ਵੇਖਣ ਡੇ, ਰੁੱਖ ਬੜਾ ਵੱਡਾ, ਰੁੱਖ 'ਤੇ ਲਾਗੇ ਚੀਕਾਂ ਨਿਕਲਦੀ ਜਾਂਦੀ, ਲੋਕ ਰੁੱਖ ਨੂੰ ਮੱਥਾ ਟੇਕੀ ਜਾਂਦੇ। ਵੇਖੋ ਸੁਣੋ, ਇਹਦਾ ਕਾਰਨ ਕੀ ਆ ਕਿ ਲੋਕ ਜੀਵਤ ਵਚਨ ਨੂੰ ਨਹੀਂ ਜਾਣਦੇ। ਹੁਣ ਰੁੱਖ ਪ੍ਰਭੂ ਨੇ ਬਣਾਇਆ, ਸੂਰਜ ਪ੍ਰਭੂ ਨੇ ਬਣਾਇਆ, ਚੰਦਰਮਾ ਪ੍ਰਭੂ ਨੇ ਬਣਾਇਆ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੱਥਾ ਟੇਕੋਗੇ ਕਿ ਤੁਸੀਂ ਕੁਦਰਤ ਦੀ ਖਿਲਾਫਤ ਕਰੋਗੇ ਪਰਮੇਸ਼ਵਰ ਦੀ, ਖੁਦਾ ਕਦੀ ਮਾਫ਼ ਨਹੀਂ ਕਰੇਗਾ।
ਬਾਈਬਲ ਚ ਲਿਖਿਆ ਤੁਹਾਡੇ ਪਿਓ ਦਾਦਿਆਂ ਦੀ ਬੁਰਾਈ ਮੈਂ ਤੁਹਾਡੀ ਤੀਜੀ ਤੇ ਚੌਥੀ ਪੀੜ੍ਹੀ ਤੇ ਲਿਆਵਾਂਗਾ ਜੋ ਅੱਜ ਹੋ ਰਿਹਾ। ਪ੍ਰਭੂ ਕਹਿੰਦਾ ਮੇਰੇ ਸਾਹਮਣੇ ਉੱਕਰੀ ਹੋਈ ਮੂਰਤ ਨਾ ਬਣਾ, ਨਾ ਉਹਨਾਂ ਦੀ ਪੂਜਾ ਕਰਨਾ, ਉਹਨਾਂ ਨੂੰ ਮੱਥਾ ਟੇਕ, ਨਾ ਜਿਹੜੀ ਆਕਾਸ਼ ਵਿੱਚ ਆ, ਨਾ ਕੋਈ ਸੂਰਤ, ਨਾ ਧਰਤੀ ਤੇ ਨਾ ਪਤਾਲਾਂ ਵਿੱਚ ਆ। ਪ੍ਰਭੂ ਨੇ ਕਿਹਾ ਨਾ ਉਹਨਾਂ ਨੂੰ ਮੱਥਾ ਟੇਕ। ਪਰ ਅੱਜ ਲੋਕ ਕੀ ਕਰ ਰਹੇ ਨੇ? ਉਲਟ ਕਰ ਰਹੇ ਨੇ। ਹੁਣ ਜਿੰਨੇ ਚਾਈਨੀਸ ਡਰੇਗਨ ਦੀ ਪੂਜਾ ਕਰਦੇ ਆ, ਬੁੱਧ ਦੀ ਪੂਜਾ ਕਰਦੇ ਆ, ਖੁਦਾ ਕਿਉਂ ਨਹੀਂ ਸੰਗਤ ਦੇਵੇਗਾ ਇਹਨਾਂ ਨੂੰ? ਚਾਈਨੀਸ ਨੂੰ ਛੱਡੋ, ਸਾਡੇ ਇੰਡੀਆ 'ਚ ਕੀ ਹੋ ਰਿਹਾ ਵਾ? ਸਭ ਕੁਛ ਹੋ ਰਿਹਾ। ਬਾਈਬਲ ਨੂੰ ਸੁਣਦੇ ਹੋਏ ਵੀ, ਬੱਚਨ ਨੂੰ ਸੁਣ ਕੇ ਵੀ ਫਿਰ ਉਹ ਕੰਮ ਕਰਦੇ ਆ। ਅੱਜ ਕਿਹੜੇ ਲੋਕ ਬੋਲਦੇ ਸਾਡਾ ਸਾਡਾ ਪਾਸਟਰ ਨਹੀਂ ਡੱਕਦਾ, ਜਿੱਥੋਂ ਮਰਜ਼ੀ ਖਾ ਲਓ। ਪਾਸਟਰ ਕਹਿੰਦਾ ਪ੍ਰੇਅਰ ਕਰਕੇ ਖਾ ਲਓ ਜਿੱਥੋਂ ਮਰਜ਼ੀ। ਮੈਂ ਕਹਿੰਦਾ ਨਾ, ਬਾਈਬਲ 'ਚ ਮੈਨੂੰ ਲਿਆ ਦੱਸ ਕਿੱਥੇ ਲਿਖਿਆ? ਮੇਰੇ ਜੀ ਸਾਥੀਓ, ਐਸੀ ਗਲਤੀ ਨਾ ਕਰੋ ਜੋ ਖੁਦਾ ਨੇ ਮਨਾਹੀ ਕੀਤੀ ਆ। ਚਾਹੇ ਓਲਡ ਟੈਸਟਮੈਂਟ ਚਾਹੇ ਨਿਊ ਆ, ਤੁਸੀਂ ਇਹਨਾਂ ਕੋਈ ਪੁਰਾਣਾ ਨੇਮ ਇੱਕ ਧੁੰਦਲਾ ਸ਼ੀਸ਼ਾ ਹੀ, ਜਿੰਨੀਆਂ ਪੱਤਰੀਆਂ ਪਲੂਸ ਨੇ ਲਿਖੀਆਂ ਸਾਰੀਆਂ ਕਨਵਰਟ ਕੀਤੀਆਂ ਨਵੇਂ ਨੇਮ ਦੇ ਵਿੱਚ। ਪ੍ਰੇਰਿਤ ਜਿਹੜੇ ਪ੍ਰਚਾਰ ਕਿੱਥੋਂ ਕਰਦੇ ਸੀ? ਪੁਰਾਣੇ ਨੇਮ ਦਾ ਪ੍ਰਚਾਰ ਕਰਦੇ ਜੇ ਚਾਰ ਅੰਜੀਲਾਂ ਤਿਆਰ ਨਹੀਂ ਸੀ ਹੋਈਆਂ? ਜਿੰਨੇ ਪ੍ਰੇਰਿਤ ਪੁਰਾਣੇ ਨੇਮ 'ਚੋਂ ਪ੍ਰਚਾਰ ਕਰਦੇ, ਜੋਇਲ 2 ਦੀ ਜਦੋਂ 28 ਐਤ ਪੜ੍ਹੋ ਤੇ ਬਾਈਬਲ 'ਚ ਲਿਖਿਆ, ਜਦੋਂ 35 ਕੋਸਟਲ ਦੇ ਦਿਨ ਵਿੱਚ ਪ੍ਰਭੂ ਦੇ ਦਾਸ ਪਤਰਸ ਨੇ ਪ੍ਰਾਰਥਨਾ ਕੀਤੀ 120 ਦੀ ਜਮਾਤ 'ਚ, ਉਹਨੇ ਕਿਹੜਾ ਵਚਨ ਪੜਿਆ? ਜੋਇਲ 2 ਦੀ 28 ਉੱਤੇ ਲਿਖਿਆ, ਉਹਨੇ ਕਿਹਾ ਕਿ ਬਾਈਬਲ 'ਚ ਲਿਖਿਆ ਕਿ ਅੰਤ ਦੇ ਦਿਨਾਂ 'ਚ ਪ੍ਰਭੂ ਕਹਿੰਦਾ ਮੈਂ ਆਪਣਾ ਆਤਮਾ ਸਾਰੇ ਸਰੀਰ 'ਤੇ ਵਹਾਵਾਂਗਾ। ਉੱਤੇ ਨਾਲੇ ਲਿਖਿਆ ਤੁਹਾਡੇ ਮੁੰਡੇ ਤੁਹਾਡੇ ਕੁੜੀਆਂ ਅਗੰਮ ਵਾਕ ਕਰਨਗੇ ਜੋ ਮੈਨੂੰ ਖੁਦਾ ਨੇ ਗਿਫਟ ਸਾਡੇ ਪਰਿਵਾਰ ਨੂੰ ਦਿੱਤਾ। ਤੁਹਾਡੇ ਜਵਾਨ ਦਰਸ਼ਨ ਵੇਖਣਗੇ, ਤੁਹਾਡੇ ਬੁੱਢੇ ਸੁਪਨੇ ਵੇਖਣਗੇ। ਔਰ ਬਾਈਬਲ 'ਚ ਲਿਖਿਆ ਮੈਂ ਆਪਣਾ ਆਤਮਾ ਉਸ ਸਮੇਂ ਸਾਰੇ ਸਰੀਰ 'ਤੇ ਵਹਾਵਾਂਗਾ, ਔਰ ਮੇਰੇ ਦਾਸ ਮੇਰੀਆਂ ਦਾਸੀਆਂ ਭਵਿੱਖਬਾਣੀਆਂ ਕਰਨਗੇ। ਮੇਰੇ ਜੀ ਸਾਥੀਓ, ਤੁਸੀਂ ਨਹੀਂ ਵਿਸ਼ਵਾਸ ਕਰਦੇ, ਤੁਹਾਡੇ 'ਤੇ ਡਿਪੈਂਡ ਆ, ਪਰ ਭਵਿੱਖਬਾਣੀ ਪ੍ਰੋਫੈਸੀ ਇਹ ਬਿਲਕੁਲ ਰੀਅਲ ਸੱਚ ਆ। ਕੱਲ੍ਹ ਖੁਦਾ ਦਾ ਆਤਮਾ ਮੈਨੂੰ ਬੋਲ ਰਿਹਾ ਕਿ ਬਹੁਤ ਜਲਦ ਤੁਸੀਂ ਵੇਖੋਗੇ ਐਕਟਰ, ਜਿਹੜੇ ਐਕਟਰ ਨੇ ਉਹ ਮਸੀਹ ਵਿੱਚ ਆਉਣਗੇ ਔਰ ਪਰਮੇਸ਼ੁਰ ਦਾ ਪ੍ਰਚਾਰ ਕਰਨਗੇ, ਤੁਸੀਂ ਦੇਖੋਗੇ। ਔਰ ਪ੍ਰਭੂ ਕਰੇ ਡਬਲ ਔਰ ਟ੍ਰਿਪਲ ਗੁਣਾ ਮੇਰਾ ਦਾਸ ਵੱਧ ਰਿਹਾ ਵਾ ਮੇਰੇ ਬਚਨ ਦੇ ਵਿਸ਼ਵਾਸ ਕਰਕੇ। ਜਿਹੜੇ ਲੋਕ ਪ੍ਰਭੂ ਜੀ ਕਹਿ ਰਹੇ ਕਿ ਇਹਦੇ ਵਰਗਾ ਬਣਨਾ ਚਾਹੁੰਦੇ ਨੇ, ਤੂੰ ਆਪਣੇ ਦਿਲ ਔਰ ਦਿਮਾਗ 'ਚੋਂ ਗੁੱਸੇ ਨੂੰ ਕੱਢੋ, ਈਰਖਾ ਨੂੰ ਕੱਢੋ, ਧੜੇਬਾਜ਼ੀ ਨੂੰ ਛੱਡੋ, ਪ੍ਰਾਰਥਨਾ 'ਤੇ ਬੜੋ, ਵਿਸ਼ਵਾਸ ਕਰੋ। ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਵੀ ਇਸੇ ਤਰ੍ਹਾਂ ਬੜੋਗੇ। ਜੋ ਦੂਸਰੇ ਨੂੰ ਦੇਖ ਕੇ ਦੂਸਰੇ ਤੋਂ ਜੈਲਸੀ ਔਰ ਜਲਨ ਕਰਦੇ, ਪ੍ਰਭੂ ਜੀ ਕਹਿ ਰਹੇ ਕਿ ਉਹ ਮੇਰੇ ਬੱਚੇ ਨਹੀਂ ਆ, ਮੈਂ ਉਹਨਾਂ ਦੇ ਨਾਲ ਪਿਆਰ ਨਹੀਂ ਕਰਦਾ। ਪ੍ਰਭੂ ਕਹਿ ਰਹੇ ਕਿ ਮੈਂ ਹਰ ਇੱਕ ਦੇ ਨਾਲ ਪਿਆਰ ਕਰਦਾ ਜੋ ਮੇਰੇ ਹੁਕਮਾਂ ਦੀ ਤਬਦੀਲ ਕਰਨ 'ਤੇ। ਪ੍ਰਭੂ ਕਹਿ ਰਹੇ ਕਿ ਮੇਰੇ ਰਾਜ ਵਿੱਚ ਉਹੀ ਜਾ ਸਕਦੇ ਜਿਹੜੇ ਲੋਕ ਮੇਰੇ ਵਚਨ ਜੀਵਤ ਨੂੰ, ਮੇਰੇ ਦਾਸ ਨੂੰ ਔਰ ਮੇਰੇ ਜੀਵਤ ਵਚਨ ਨੂੰ ਪਿਆਰ ਕਰਦੇ ਆ। ਔਰ ਜਿੰਨੇ ਲੋਕ ਪ੍ਰਭੂ ਜੀ ਕਹਿ ਰਹੇ ਕਿ ਦੇਖ ਰਹੇ ਨੇ, ਉਹਨਾਂ ਦੇ ਵਾਸਤੇ ਇਹੀ ਆਵਾਜ਼ ਆ ਕਿ ਇਸ ਲਈ ਮੁੜੋ ਅਤੇ ਤੋਬਾ ਕਰੋ, ਤੁਹਾਡੇ ਪਾਪ ਮਿਟਾਏ ਜਾਣ, ਪ੍ਰਭੂ ਦੇ ਹਜ਼ੂਰੋਂ ਸੁੱਖ ਤੇ ਦੇਣ ਆਉਣ। ਆਮੀਨ। ਉਸ ਤੋਂ ਗਾੜੀ ਮੈਂ ਪੜਾਂਗਾ, ਇਹਦੀ 9 ਐਤ ਪੜਾਂਗਾ। ਅਤੇ ਭੀੜ ਜਿਹੜੀ ਉਹਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ, ਹੋ ਸਨਾ ਦਾਊਦ ਦੇ ਪੁੱਤਰ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਪਰਮ ਧਾਮ ਵਿੱਚ ਹੋ ਸਨਾ। ਆਮੀਨ। ਦੱਸਿਆ ਕਿ ਬਹੁਤ ਸਾਰੀ ਭੀੜ ਜਿਹੜੀ ਪਰਮੇਸ਼ੁਰ ਦੇ ਮਗਰ ਤੁਰੀ ਜਾਂਦੀ ਸੀ, ਉਹਨਾਂ ਕੀ ਬੋਲਿਆ? ਪਹਿਲੇ ਬੋਲਿਆ ਹੋ ਸਨਾ ਦਾਊਦ ਦੇ ਪੁੱਤਰ ਨੂੰ ਮੁਬਾਰਕ ਆਖੋ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ, ਅਤੇ ਪਰਮ ਧਾਮ ਵਿੱਚ ਹੋ ਸਨਾ, ਹੋ ਸਨਾ, ਹੋ ਸਨਾ। ਇਹਦਾ ਮਤਲਬ ਕੀ ਆ ਕਿ ਜਿੰਨੇ ਸਵਰਗ ਦੂਤ ਸਵਰਗ ਵਿੱਚ ਆ ਉਹ ਹਰ ਵਕਤ ਹੋ ਸਨਾ, ਹੋ ਸਨਾ, ਕਦੂਸ, 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 ਹਰ ਵਕਤ ਪਰਮੇਸ਼ੁਰ ਦੀ ਮਹਿਮਾ ਕਰਦੇ ਆ। ਇੱਥੇ 5 ਮਿੰਟ ਲੋਕੀ ਪ੍ਰੇਅਰ ਕਰਦੇ ਵੇਖਦੇ, ਘੜੀ ਵੀ ਇੰਨਾ ਟਾਈਮ ਲੱਗ ਗਿਆ। ਪਰ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜੇ ਪ੍ਰਭੂ ਦੇ ਸਵਰਗ ਦੂਤ ਉਹ 24 ਘੰਟੇ ਹੋ ਸਨਾ, ਹੋ ਸਨਾ, ਹੋ ਸਨਾ। ਉਹ ਵਰਸ਼ਿਪ ਆ ਜਿਹੜੀ ਕਦੀ ਵੀ ਨਹੀਂ ਮੁੱਕ ਸਕਦੀ। ਅੱਜ ਲੋਕੀ ਚਰਚ ਵਿੱਚ ਜਾਂਦੇ 20 ਵਾਰ ਪਾਣੀ ਪੀਂਦੇ ਇੱਧਰ ਉੱਧਰ ਘੁੰਮਦੇ, ਕਾਰਨ ਕੀ ਆ? ਕਿਉਂਕਿ ਵਰਸ਼ਿਪ ਕਰਨ ਵਾਲੇ ਨਹੀਂ ਆ। ਪਰ ਮੇਰੇ ਜੀ ਸਾਥੀਓ, ਵਰਸ਼ਿਪ ਲੀਡਰ ਬਣੋ। ਦਾਊਦ ਵਰਸ਼ਿਪ ਲੀਡਰ ਸੀ। ਬਾਈਬਲ ਜੀ ਕਹਿੰਦਾ ਦਾਊਦ ਨੱਚ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ, ਬਰਬਤ ਵਜਾ ਕੇ, ਸਿਤਾਰ ਵਜਾ ਕੇ, ਤਬਲਾ ਵਜਾ ਕੇ, ਹਰ ਇੱਕ ਇੰਸਟਰੂਮੈਂਟ ਦੇ ਨਾਲ ਉਹ ਵਰਸ਼ਿਪ ਕਰਦਾ ਸੀ। ਅੱਜ ਚਰਚਿਸ ਬੰਦ ਸੀ, ਆਪਣੇ ਘਰਾਂ ਵਿੱਚ ਬੈਠ ਕੇ ਵਰਸ਼ਿਪ ਕਰਦੇ, ਲਗਾਤਾਰ ਵਰਸ਼ਿਪ ਹੀ ਕਰ ਰਹੇ ਆ, ਕੰਟੀਨਿਊ ਇੰਟਰਨੈਟ ਚੱਲ ਰਿਹਾ, ਕੋਈ ਦੇਖਦਾ ਕੋਈ ਨਹੀਂ ਦੇਖਦਾ, ਉਹਨਾਂ ਦੀ ਡਿਪੈਂਡ ਆ, ਉਹਨਾਂ ਦੀ ਮਰਜ਼ੀ ਆ। ਪਰ ਸਾਡਾ ਕੰਮ ਆ ਕਿ ਪਰਮੇਸ਼ੁਰ ਦੀ ਮਹਿਮਾ ਨੂੰ ਕਰਦੇ ਰਹਿਣਾ। ਆਮੀਨ। ਉਸ ਤੋਂ ਕਾੜੀ ਲਾਸਟ ਐਤ, ਅਤੇ ਜਦ ਉਹ ਯਰੂਸ਼ਲਮ ਵਿੱਚ ਵੜਿਆ ਅਤੇ ਸਾਰੇ ਸ਼ਹਿਰ ਇਹ ਆਖਿਆ, ਇਹ ਆ ਕੇ ਹਿੱਲ ਗਏ ਕਿ ਇਹ ਕੌਣ ਹੈ, ਤਾਂ ਲੋਕਾਂ ਨੇ ਆਖਿਆ ਇਹ ਯਿਸੂ ਗਲੀਲ ਦਾ ਨਾਸਰੀ ਨਬੀ ਹੈ। ਆਮੀਨ।
ਇਹ ਪਰਮੇਸ਼ੁਰ ਨੂੰ ਨਬੀ ਬੋਲਦੇ ਸੀ ਕਿ ਯਿਸੂ ਨਾਸਰੀ ਇਹ ਕੀ ਆ, ਨਾਸਰਤ ਦਾ ਨਬੀ ਆ, ਪਰ ਪਰਮੇਸ਼ੁਰ ਨਬੀ ਨਹੀਂ ਆ। ਪਰਮੇਸ਼ੁਰ ਕੀ ਆ? ਉਹ ਸਭ ਕੁਛ ਆ, ਪਿਤਾ ਪੁੱਤਰ ਪਵਿੱਤਰ ਆਪ, ਸਭ ਕੁਛ ਪਰਮੇਸ਼ੁਰ ਦੇ ਕੋਲ। ਬਾਈਬਲ ਦੇ ਵਿੱਚ ਲਿਖਿਆ, ਜਦੋਂ ਯੂਹੰਨਾ ਦੀ ਇੰਜੀਲ ਤੁਸੀਂ ਪੜ੍ਹੋਗੇ ਉੱਥੇ ਲਿਖਿਆ, ਪਰਮੇਸ਼ੁਰ ਨੇ ਕਿਤੇ ਆਪਣੀ ਵਡਿਆਈ ਨਹੀਂ ਕੀਤੀ, ਹਰ ਥਾਂ 'ਤੇ ਪ੍ਰਭੂ ਨੇ ਕੀ ਬੋਲਿਆ ਕਿ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਉਹਨੇ ਹਰ ਥਾਂ 'ਤੇ ਆਪਣੇ ਪਰਮੇਸ਼ੁਰ ਨੂੰ ਵਡਿਆਇਆ ਵਾ, ਉਹਨੇ ਆਪਣੀ ਵਡਿਆਈ ਨਹੀਂ ਕੀਤੀ। ਪਰ ਅੱਜ ਦਾ ਮੇਨ ਕੀ ਸਿੱਖਿਆ ਹੈ ਕਿ ਸਾਨੂੰ ਨੀਵੇਂ ਹੋਣ ਦੀ ਲੋੜ ਆ, ਅਸੀਂ ਆਪਣੇ ਆਪ ਨੂੰ ਨੀਵੇਂ ਕਰਨਾ। ਔਰ ਪਰਮੇਸ਼ੁਰ ਹਮੇਸ਼ਾ ਉਹਨਾਂ ਨੂੰ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਲੋਕ ਆਪਣੇ ਆਪ ਨੂੰ ਨੀਵਾ ਕਰਦੇ। ਕੋਈ ਤੁਹਾਨੂੰ ਨਹੀਂ ਬੁਲਾਉਂਦਾ, ਤੁਸੀਂ ਉਹਨੂੰ ਜੈਮਸੀ ਦੀ ਬੁਲਾ ਲਓ, ਕੋਈ ਚੱਕਰ ਨਹੀਂ। ਕਿਉਂਕਿ ਜਿਵੇਂ ਜਿਵੇਂ ਨੀਵੇਂ ਹੁੰਦੇ ਜਾਓਗੇ, ਤਵੇਂ ਤਵੇਂ ਫਲਵੰਤ ਹੁੰਦੇ ਜਾਓਗੇ। ਆਮੀਨ। ਈਰਖਾ ਨੂੰ ਛੱਡ ਦਿਓ, ਝਗੜੇ ਛੱਡ ਦਿਓ, ਧੜੇਬਾਰੀ ਛੱਡ ਦਿਓ, ਲੋਕਾਂ ਦੀਆਂ ਗੱਲਾਂ ਜਿੱਥੇ ਚੁਗਲੀ ਹੁੰਦੀ ਉਹਦੇ ਲਾਗੋ ਨਾਖ ਲਓ, ਚੱਲ ਜਾਓ ਉਹਦੇ ਲਾਗੋ, ਸਾਈਡ ਹੋ ਜਾਓ। ਕਿਉਂਕਿ ਬਾਈਬਲ ਪੜ੍ਹੋ, ਜਿੰਨੀ ਗ੍ਰੰਥੀਆਂ ਜਿੰਨੀ ਪੱਤਰੀਆਂ ਤੁਸੀਂ ਪੜ੍ਹੋਗੇ, ਸੰਤ ਪੌਲਸ ਨੇ ਇੱਕ ਇੱਕ ਪੱਤਰੀ ਦੇ ਵਿੱਚ ਇੱਕ ਇੱਕ ਚੀਜ਼ ਸਿਖਾਈ ਸਾਨੂੰ। ਤਿਮੋਥੀਸ 1 ਤੋਂ ਲੈ ਕੇ 2, ਦੂਸਰਾ ਸਾਰੇ ਤਿਮੋਥੀਸ ਪੜ੍ਹਨਾ ਸ਼ੁਰੂ ਕਰੋ, 1 ਤੋਂ ਲੈ ਕੇ 6 ਤੱਕ ਪਹਿਲਾਂ ਤਿਮੋਥੀਸ, ਉਸ ਤੋਂ ਫਿਰ 2 ਤੋਂ ਲੈ ਕੇ ਲਾਸਟ 4 ਤੱਕ ਸਾਰਾ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇਗਾ ਉਹ 'ਚ ਕਿਹੜੀਆਂ ਕਿਹੜੀਆਂ ਹਦਾਇਤਾਂ ਸਾਨੂੰ ਦਿੱਤੀਆਂ ਵਾ ਖੁਦਾ ਨੇ। ਜੇ ਅਸੀਂ ਵਚਨ ਪੜ੍ਹ ਕੇ ਵਚਨ 'ਤੇ ਚੱਲਦੇ ਨਹੀਂ ਆ, ਤਾਂ ਫਿਰ ਕੋਈ ਫਾਇਦਾ ਨਹੀਂ ਸਾਡਾ। ਇਸ ਕਰਕੇ ਪਰਮੇਸ਼ੁਰ ਤੁਹਾਨੂੰ ਬਲੈਸ ਕਰੇ ਅੱਜ ਦੇ ਵਚਨ ਦੁਆਰਾ, ਔਰ ਖੁਦਾ ਦੇ ਨਾਲ ਬਣੇ ਰਹੋ। ਕਿਉਂਕਿ ਅੱਜ ਦਾ ਮੇਨ ਟੌਪਿਕ ਕੀ ਆ ਕਿ ਆਪਣੇ ਆਪ ਨੂੰ ਨੀਵਾ ਕਰਨਾ। ਔਰ ਜੇ ਤੁਸੀਂ ਆਪਣੀ ਵੈਲਿਊ ਬਣਾਉਣੀ ਚਾਹੁੰਦੇ ਜੇ, ਤਾਂ ਫਿਰ ਪਰਮੇਸ਼ੁਰ ਵਿੱਚ ਆ ਜਾਓ, ਪਰਮੇਸ਼ੁਰ ਨੂੰ ਦਿਲ ਤੋਂ ਗ੍ਰਹਿਣ ਕਰੋ। ਜੇ ਤੁਸੀਂ ਦਿਲ ਤੋਂ ਗ੍ਰਹਿਣ ਕਰੋਗੇ, ਤਾਂ ਮੈਂ ਕਿਹਾ ਤੁਹਾਡੇ ਉੱਪਰ ਵੀ ਬਲੈਸਿੰਗ ਬੜੇਗੀ, ਤੁਹਾਡੇ ਤੋਂ ਕਰਜ਼ੇ ਜਾਣਗੇ, ਮਹਾਂਮਾਰੀ ਤੁਹਾਡੇ ਘਰ 'ਚ ਨਹੀਂ ਆਏਗੀ। ਇਹ ਪ੍ਰਭੂ ਜੀ ਕਹਿ ਰਹੇ ਕਿ ਨਬੀ ਦੀ ਆਵਾਜ਼ ਨਹੀਂ ਹੈ, ਇਹ ਮੇਰੇ ਮੁੱਖ ਵਾਕ ਨੇ ਜਿਹੜੇ ਤੁਸੀਂ ਸੁਣ ਰਹੇ ਜੀ। ਤੁਸੀਂ ਵਿਸ਼ਵਾਸ ਕਰੋ ਨਾ ਕਰੋ, ਬਾਈਬਲ ਦੇ ਵਿੱਚ ਜੋ ਲਿਖਿਆ ਬਿਲਕੁਲ ਸੱਚ ਆ। ਜੇ ਤੁਸੀਂ ਅੱਜ ਦਿਲ ਤੋਂ ਕਨਫੈਸ ਕਰਦੇ ਜੇ, ਮਾਫ਼ੀ ਮੰਗਦੇ ਜੇ ਕਿ ਪਿਤਾ ਮੈਂ ਅੱਜ ਤੋਂ ਅੱਗੇ ਤੁਹਾਡੇ ਨਾਲ ਚੱਲਾਂਗਾ, ਤਾਂ ਖੁਦਾ ਤੁਹਾਨੂੰ ਬਲੈਸ ਕਰੇਗਾ, ਤੁਹਾਡੇ ਤੋਂ ਕਰਜ਼ੇ ਜਾਣਗੇ, ਮਹਾਂਮਾਰੀ ਤੁਹਾਡੇ ਘਰੋਂ ਜੋਗੀ, ਬਿਮਾਰੀਆਂ ਤੁਹਾਡੇ ਘਰੋਂ ਜਾਣਗੀਆਂ। ਹਰ ਦੁਸ਼ਟ ਆਤਮਾ ਜਿਹੜੀ ਤੁਹਾਨੂੰ ਲੰਬੇ ਸਮੇਂ ਤੋਂ ਤੰਗ ਕਰ ਰਹੀ, ਸੁਪਨਿਆਂ ਵਿੱਚ ਤੰਗ ਕਰ ਰਹੀ ਆ, ਪਰੇਸ਼ਾਨ ਰੱਖਦੀ ਆ, ਡਿਪਰੈਸ਼ਨ 'ਚ ਰੱਖਦੀ ਆ, ਬਿਮਾਰ ਕਰਦੀ, ਮੈਂ ਕਿਹਾ ਤੁਹਾਡੇ ਜੀਵਨ ਨੂੰ ਛੱਡ ਕੇ ਜਾਏਗੀ। ਜੇ ਤੁਸੀਂ ਬਾਈਬਲ ਨੂੰ ਸਹੀ ਟੀਚ ਕਰੋਗੇ, ਲੋਕਾਂ ਵੱਲ ਨਾ ਵੇਖੋ ਲੋਕ ਕੀ ਕਰ ਰਹੇ, ਲੋਕ ਬੜਾ ਕੁਛ ਕਰਨਗੇ, ਤੁਸੀਂ ਸਿਰਫ ਬਾਈਬਲ ਦੇ ਵਿੱਚ ਬਣੇ ਰਹੋ। ਆਮੀਨ। ਔਰ ਖੁਦਾ ਤੁਹਾਨੂੰ ਬਲੈਸ ਕਰੇ ਕਿ ਪਿਤਾ ਮੈਂ ਤੁਹਾਡਾ ਗਧਾ ਵਾਂ, ਮੇਰੇ ਉੱਪਰ ਸਵਾਰੀ ਕਰ ਪਿਤਾ, ਜਿਸ ਤਰ੍ਹਾਂ ਤੁਸੀਂ ਉਸ ਗਧੇ 'ਤੇ ਸਵਾਰੀ ਕੀਤੀ, ਲੋਕਾਂ ਨੇ ਬਿਰਸ਼ਾਂ ਦੀਆਂ ਟਾਹਣੀਆਂ ਵਿਛਾਤੀਆਂ, ਆਪਣੇ ਕੱਪੜੇ ਲਾ ਕੇ ਵਿਛਾਤੇ। ਔਰ ਬਾਈਬਲ 'ਚ ਲਿਖਿਆ, ਜਦ ਭੀੜ ਦੇ ਵਿੱਚ ਹੋ ਸਨਾ ਮੁਬਾਰਕ ਹੈ ਦਾਊਦ ਦਾ ਪੁੱਤਰ, ਔਰ ਪਰਮ ਧਾਮ ਵਿੱਚ ਹੋ ਸਨਾ, ਉਹਦੇ ਪਿੱਛੇ ਪਿੱਛੇ ਜਦ ਬੋਲਦੇ ਜਾਂਦੇ ਸੀ, ਔਰ ਪਰਮੇਸ਼ੁਰ ਨੇ ਬਲੈਸ ਕੀਤਾ। ਆਪਾਂ ਵੀ ਅੱਜ ਮਹਿਮਾ ਕਰਾਂਗੇ ਖੁਦਾ ਦੀ, ਔਰ ਅਸੀਂ ਲਾਸਟ ਭਜਨ ਗਾਵਾਂਗੇ, ਉਸ ਤੋਂ ਬਾਅਦ ਇਹ ਲਾਸਟ ਪ੍ਰੇਅਰ ਕਰਨ ਵਿੱਚ ਜਾ ਰਹੇ ਹਾਂ। ਪ੍ਰਭੂ ਤੁਹਾਨੂੰ ਬਲੈਸ ਕਰੇ। ਗੋਡ ਬਲੈਸ ਯੂ ਆਲ, ਜਿੰਨੇ ਲੋਕ ਸਾਨੂੰ ਦੇਖ ਰਹੇ ਆ, ਚਾਹੇ ਉਹ ਸਾਡੇ ਚਰਚ ਨਹੀਂ ਆਉਂਦੇ, ਤੁਸੀਂ ਵਚਨ ਨਾਲ ਪਿਆਰ ਕਰੋ, ਸਾਨੂੰ ਨਹੀਂ ਵੀ ਪਿਆਰ ਕਰਦੇ ਸਾਨੂੰ ਕੋਈ ਟੈਨਸ਼ਨ ਨਹੀਂ ਹੈ, ਬਾਈਬਲ ਦੇ ਨਾਲ ਪਿਆਰ ਕਰੋ। ਕਿਉਂਕਿ ਬਾਈਬਲ ਪੜ੍ਹੋਗੇ ਤਾਂ ਮੇਰੇ ਜੀ ਸਾਥੀਓ ਬਚੋਗੇ, ਐਸੀਆਂ ਬੜੀਆਂ ਮਹਾਂਮਾਰੀਆਂ ਜਿਹੜੀਆਂ ਆਉਣੀਆਂ ਵਾ, ਬੜੇ ਕਾਲ ਅਤੇ ਬੜੇ ਭਚਾਲ ਆਉਣੇ ਨੇ। ਆਮੀਨ। ਜੇ ਤੁਸੀਂ ਬਚਣਾ ਚਾਹੁੰਦੇ ਅੱਜ ਤੋਂ ਹੀ ਮਾਫ਼ੀ ਮੰਗੋ, ਮੋੜਾਂ 'ਤੇ ਖਲੋਣਾ ਬੰਦ ਕਰੋ, ਯੂਟਿਊਬ 'ਚ ਗੰਦੀਆਂ ਚੀਜ਼ਾਂ ਨੂੰ ਵੇਖਣਾ ਬੰਦ ਕਰੋ, ਸਿਰਫ ਪਵਿੱਤਰਤਾ ਹੀ ਅਧਿਕਾਰ ਔਰ ਸਾਮਰਤ ਮੰਗੋ। ਪਰਮੇਸ਼ੁਰ ਤੁਹਾਨੂੰ ਵੀ ਇਸੇ ਤਰ੍ਹਾਂ ਬਣਾਏਗਾ ਜਿਸ ਤਰ੍ਹਾਂ ਮੈਨੂੰ ਖੁਦਾ ਨੇ ਬਲੈਸ ਕੀਤਾ ਵਾ, ਔਰ ਜਿਸ ਤਰ੍ਹਾਂ ਮੈਨੂੰ ਪ੍ਰਭੂ ਨੇ ਮੌਤ ਦੀ ਵਾਦੀ 'ਚੋਂ ਕੱਢਿਆ ਔਰ ਗੁਲਾਮੀ ਦਾ ਬੰਧਨ ਤੋੜਿਆ। ਇਹ ਭਜਨ ਮੇਰੇ 'ਤੇ ਹੀ ਬਦਨ ਤਾਂ ਟੂਟਾ ਹੁਆ, ਪਰਮੇਸ਼ੁਰ ਨੇ ਸਾਨੂੰ ਬਲੈਸ ਕੀਤਾ, ਸਾਡੇ ਵਾਸਤੇ ਬਦਨ ਤੋੜਿਆ, ਗੁਲਾਮੀਆਂ ਤੋਂ ਸਾਨੂੰ ਫਰੀ ਕੀਤਾ। ਅੱਜ ਅਸੀਂ ਪ੍ਰਭੂ ਦੇ ਗੁਲਾਮ ਆ, ਇਸ ਕਰਕੇ ਤੁਸੀਂ ਪ੍ਰਭੂ ਦੇ ਗੁਲਾਮ ਬਣੋ, ਖੁਦਾ ਤੁਹਾਨੂੰ ਬਲੈਸ ਕਰੇਗਾ। ਆਮੀ ਤਲਕ ਭਜਨ ਗਾਰੀ ਡੈਡੀ ਕੁਛ ਨਹੀਂ ਰਹੇਗਾ ਨਾ ਬੋਲ ਸਭ ਲੱਗ ਰਹੇਗਾ ਨਾ ਸਦਾ ਮਸੀਹ ਰਹੇ।
ਹਲੇਲੂਯਾ 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 ਅਸੀਂ ਲਾਸਟ ਪ੍ਰੇਅਰ ਕਰਾਂਗੇ ਸਭ ਮਾਸ ਪ੍ਰੇਅਰ ਕਰਾਂਗੇ ਆਪਣੇ ਦੇਸ਼ ਦੇ ਵਾਸਤੇ ਔਰ ਜਿੰਨੇ ਲੋਕ ਦੇਖ ਰਹੇ ਉਹਨਾਂ ਦੇ ਵਾਸਤੇ ਉਸ ਤੋਂ ਬਾਅਦ ਇਹ ਸਮਾਪਤੀ ਕਰਨ ਵਾਸਤੇ ਜਾ ਰਹੇ ਕੋਲ ਲਾਸਟ ਕਲਮਾ ਬਰਖਾਸਤ ਪ੍ਰਭ ਦੇ ਦਸ ਰੰਗ ਕਰਾਂਗੇ ਇਹ ਸਭ ਪ੍ਰਾਰਥਨਾ ਕਰਾਂਗੇ ਦੇਖ ਰਹੇ ਸੀ ਉਹਨਾਂ ਲਈ ਪ੍ਰੇਅਰ ਕਰਾਂਗੇ ਉਹਨਾਂ ਦੇ ਪਰਿਵਾਰਾਂ ਲਈ ਪ੍ਰੇਅਰ ਕਰਾਂਗੇ ਉਹਨਾਂ ਦੇ ਕੰਮ ਲਈ ਪ੍ਰੇਅਰ ਕਰਾਂਗੇ ਉਹਨਾਂ ਦੀ ਅੱਛੀ ਸਿਹਤ ਲਈ ਪ੍ਰੇਅਰ ਕਰਾਂਗੇ ਔਰ ਜਿੰਨੇ ਲੋਕ ਬਾਈਬਲ ਨਹੀਂ ਪੜ੍ਹਦੇ ਉਹਨਾਂ ਵਾਸਤੇ ਪ੍ਰੇਅਰ ਕਰਾਂਗੇ ਪ੍ਰਭੂ ਲਗਾਤਾਰ ਉਹ ਤੁਹਾਡੇ ਬੱਚੇ ਨੂੰ ਫੋਲੋ ਕਰਨ ਮੇਰੇ ਪਰਮੇਸ਼ਵਰ ਸਭ ਲਗਾਤਾਰ ਪ੍ਰੇਅਰ ਕਰਾਂਗੇ ਆਪਾਂ ਸਭ ਮਿਲ ਕੇ ਮਾਸ ਪ੍ਰੇਅਰ ਕਰਾਂਗੇ ਜਿੰਨੇ ਲੋਕ ਸਾਨੂੰ ਦੇਖ ਰਹੇ ਆ ਆਪਣੇ ਸਿਰਾਂ ਤੇ ਹੱਥ ਰੱਖ ਲਓ ਜਿੰਨੇ ਵੀ ਸਾਨੂੰ ਦੇਖ ਰਹੇ ਆ ਆਪਣੇ ਮਨਾਂ ਵਿੱਚ ਉਤਾਰ ਲਓ ਜਿਸ ਮਕਸਦ ਦੇ ਵਾਸਤੇ ਤੁਸੀਂ ਲੰਬੇ ਸਮੇਂ ਤੋਂ ਤੁਹਾਡੇ ਕੰਮ ਰੁਕੇ ਆ ਆਪਣੇ ਸਿਰਾਂ ਤੇ ਹੱਥ ਰੱਖ ਲਓ ਹੋਲੀ ਸਪਿਰਿਟ ਜੀਵਨ ਦੇ ਵਿੱਚ ਗੰਦੀਆਂ ਸੋਚਾਂ ਦੇ ਉੱਪਰ ਫਾਇਰ ਹੋਲੀ ਗੋਸਟ ਫਾਇਰ ਹੋਲੀ ਗੋਸਟ ਫਾਇਰ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਤੋਂ ਚੰਗੇ ਹੋ ਜਾਓ ਸਾਬਾ ਨਾ ਖਾਂਦਾ ਨਾ ਸਮੋਕਿੰਗ ਕਰਨ ਵਾਲੇ ਲੋਕ ਚੰਗੇ ਹੋ ਜਾਓ ਸਿਗਰਟ ਤੰਬਾਕੂ ਕੈਡੀ ਚੂਨਾ ਸਭ ਤੁਹਾਡੇ ਜੀਵਨ ਨੂੰ ਛੱਡ ਕੇ ਚਲਾ ਜਾਏ ਸੱਪਾਂ ਦੇ ਉੱਪਰ ਪਰਮੇਸ਼ਵਰ ਤੁਹਾਡੇ ਸਵਰਗ ਦੂਤ ਅਟੈਕ ਕਰਨ ਪਰਮੇਸ਼ਵਰ ਤੁਹਾਡੇ ਐਂਜਲ ਸੁਣ ਸੱਪਾਂ ਦੇ ਉੱਪਰ ਅਟੈਕ ਕਰ ਸੱਪਾਂ ਦੇ ਜੋੜਿਆਂ ਤੇ ਅਟੈਕ ਕਰੋ ਪਰਮੇਸ਼ਵਰ ਦੇ ਦੂਤੋਂ ਖੁਦਾ ਦੇ ਸੰਦੂਕ ਕੰਨਾਂ ਦੀ ਖਾਰਿਸ਼ ਧੜਕਣ ਵਧਾਉਣ ਵਾਲੀਆਂ ਦੁਸ਼ਟ ਆਤਮਾ ਜਿਹਨਾਂ ਦੀ ਧੜਕਣ ਵਾਦੀ ਹੋਲੀ ਗੋਸਟ ਫਾਇਰ ਫ੍ਰੀ ਸ਼ਿਕਾਲਾ ਬਲਾ ਕਬਲਾ ਕਸਲਾ ਬਲਾ ਕੁਲੀ ਬੇਨੀ ਕਲਾ ਬਸਰਾ ਬਰਾ ਕਲਾ ਬਾ ਆਪਣੇ ਰਿਸ਼ਤੇਦਾਰਾਂ ਨੂੰ ਛੂਹੋ ਜਿਹਨੇ ਲੋਕ ਵੀਡੀਓ ਨੂੰ ਦੇਖ ਰਹੇ ਨੇ ਤੁਹਾਡੇ ਰਿਸ਼ਤੇਦਾਰ ਫੋਰਨ ਦੇ ਵਿੱਚ ਆ ਜਿਸ ਜਗ੍ਹਾ ਤੇ ਵੀ ਛੂਹੋ ਆਤਮਾ ਚ ਪ੍ਰਭੂ ਉਹਨਾਂ ਨੂੰ ਆਜ਼ਾਦ ਕਰੋ ਨਜ਼ਲਾ ਜ਼ੁਕਾਮ ਖਾਂਸੀ ਦੀਆਂ ਦੁਸ਼ਟ ਆਤਮਾ ਫਾਇਰ ਰਾਈਟ ਨਾਓ ਸੰਦਰੀਆ ਨਾਕਾ ਲਾਬੋ ਸੂਰੇ ਬੇਰੇ ਕੇਲੇ ਬੇਲੇ ਕੇਲੇ ਬੇਲੇ ਪ੍ਰਭੂ ਜਿੰਨੀਆਂ ਸ਼ੁੱਧ ਆਤਮਾ ਗੰਦੇ ਵਿਚਾਰ ਐਸੇ ਵਕਤ ਰਾਈਟ ਨਾਓ ਅੱਗ ਦੇ ਵਿੱਚ ਜਾਓ ਅੱਗ ਵਿੱਚ ਜਾਓ ਅੱਗ ਵਿੱਚ ਜਾਓ ਸੀਮਾ ਨਾਕਾ ਲਾਬੋ ਸੂਰੇ ਬੇਰੇ ਕੇਲੇ ਬੇਲੇ ਕੇਲੇ ਬੇ ਸੀਤਾ ਲਾਬਾ ਲਾਬਾ ਲੋ ਕੋਲੇ ਬੇ ਨਿਕਾ ਲਾਬੋ ਸੂਰੇ ਬੇ ਨਿਕਾ ਲਾਬਾ ਸਨਾ ਬਾਲਾ ਕਲਾ ਬਾਲਾ ਕਲਾ ਬਾ ਸੂਰੇ ਬੇ ਨਿਕਾ ਲਾਬਾ ਜਿਹਦੇ ਦੇ ਗਲੇ ਸੁੱਕਦੇ ਪਰਮੇਸ਼ਵਰ ਦੇ ਨਾਂ ਤੇ ਚੰਗੇ ਹੋ ਜਾਓ ਟਾਈਫਾਈਡ ਦੇ ਰੋਗੀ ਚੰਗੇ ਹੋ ਜਾਓ ਪਵਿੱਤਰ ਆਤਮਾ ਦਾ ਮਸਾ ਬੜੇ ਤੁਹਾਡੇ ਜੀਵਨਾਂ ਵਿੱਚ ਮਨ ਦੀ ਘਬਰਾਹਟ ਜਾਏ ਯਿਸੂ ਦੇ ਸਾਮਰਥੀ ਨਾਮ ਦੇ ਵਿੱਚ ਦਿਲ ਔਰ ਦਿਮਾਗ ਦੀ ਗੰਦੀਆਂ ਵਿਚਾਰਾਂ ਯਿਸੂ ਦੇ ਨਾਮ 'ਚ ਬਦਲ ਜਾਣ ਐਕਸੀਲੈਂਟ ਰਿਜ਼ਲਟ ਆਉਣ ਯਿਸੂ ਮਸੀਹ ਦੇ ਨਾਮ 'ਚ ਜਿੰਨੇ ਬੱਚੇ ਛੋਟੇ ਪ੍ਰਭੂ ਮੈਂ ਤੁਹਾਡੇ ਬਲੱਡ ਵਿੱਚ ਛਕਾਉਣਾ ਜਿੰਨੇ ਨੌਜਵਾਨ ਪਰਮੇਸ਼ਵਰ ਨਸ਼ਾ ਕਰਦੇ ਪ੍ਰਭੂ ਜੀ ਮੈਂ ਉਹਨਾਂ ਦੀ ਲਾਈਫ ਨੂੰ ਡਿਲੀਵਰ ਕਰਦਾ ਤੁਹਾਡੇ ਪਵਿੱਤਰ ਨਾਮ 'ਚ ਉਹਨਾਂ ਦੇ ਲਾਈਫ ਬਦਲ ਜਾਏ ਪਿਤਾ ਉਹ ਨਸ਼ੇ ਦੀ ਬਜਾਏ ਉਹਨਾਂ ਦੇ ਹੱਥ 'ਚ ਬਾਈਬਲ ਲਾਉਣ ਮੇਰੇ ਪਿਤਾ ਉਹ ਦੂਸਰੇ ਲੋਕਾਂ ਨੂੰ ਤੁਹਾਡੇ ਵਚਨ ਦੇ ਬਾਰੇ ਦੱਸਣ ਮੇਰੇ ਖੁਦਾਵੰਦ ਜਿੰਨੇ ਲੋਕ ਦਿੱਤੇ ਉਹਨਾਂ ਦੇ ਮਹਾਮਾਰੀ ਪਰਮੇਸ਼ਵਰ ਸਾਡੇ ਦੇਸ਼ ਨੂੰ ਛੱਡ ਕੇ ਚਲੀ ਜਾਵੇ ਸਾਡੀਆਂ ਦੇਸ਼ ਦੀਆਂ ਸਰਕਾਰਾਂ ਨੂੰ ਤੁਹਾਡੇ ਪਵਿੱਤਰ ਹੱਥ ਵਿੱਚ ਦੇਣੇ ਨਮਾਂਦਿਆਂ ਨੂੰ ਤੁਹਾਡੇ ਹੱਥ ਵਿੱਚ ਦੇਣੇ ਆ ਪੁਲਿਸ ਪ੍ਰੋਟੈਕਸ਼ਨ ਨੂੰ ਪਰਮੇਸ਼ਵਰ ਤੁਹਾਡੇ ਹੱਥ ਵਿੱਚ ਦੇਣੇ ਆ ਪ੍ਰਸ਼ਾਸਨ ਪਰਮੇਸ਼ਵਰ ਨੂੰ ਤੁਹਾਡੇ ਹੱਥ ਵਿੱਚ ਦੇਣੇ ਆ ਸ਼ਾਂਤੀ ਦੇ ਨਾਲ ਪ੍ਰਭੂ ਹਰ ਕੰਮ ਨੂੰ ਕਰੋ ਜੋ ਬਿਮਾਰ ਲੋਕ ਨੇ ਪ੍ਰਭੂ ਡਾਕਟਰ ਦੀ ਦੁਕਾਨਾਂ ਦੇ ਉੱਪਰ ਜਾਣਾ ਚਾਹੁੰਦੇ ਨੇ ਮੇਰੇ ਪਰਮੇਸ਼ਵਰ ਦੁਕਾਨਾਂ ਖੁੱਲ ਜਾਣ ਮੇਰੇ ਪਰਮੇਸ਼ਵਰ ਤੁਹਾਡੇ ਨਾਮ ਦੇ ਵਿੱਚ ਪਵਿੱਤਰ ਆਤਮਾ ਦੀ ਹਜ਼ੂਰੀ ਜੋ ਇਹ ਜਗ੍ਹਾ ਤੇ ਹੈ ਪਰਮੇਸ਼ਵਰ
ਪਰਮੇਸ਼ਰ ਕੇ ਬਿਮਾਰੀ ਸਾਡੇ ਘਰ ਵਿੱਚ ਧੰਨਵਾਦ ਕਰਦੇ ਦੀ ਕੂਰਾ ਮਾਰਾ ਕੰਦਾ ਵਸੂ ਕਲਾਮਾ ਲਾ ਵਸ ਕਲਾਮਾ ਸ਼ਿਫਾ ਸ਼ਿਫਾ ਕੀ ਆਰ ਕੌਰ ਮੈਂ ਡੀ ਐਸ ਸੀ ਐਲ ਮੈਂ ਮਨ ਦੇ ਡਰ ਜਾਣ ਮੇਰੇ ਪਰਮੇਸ਼ਰ ਹੱਥਾਂ ਪੈਰਾਂ ਦੀ ਸਵੈਲਿੰਗ ਜਾਏ ਉਲਟੀਆਂ ਦੇ ਦੁਆਰਾ ਖੇਲ ਦੇ ਦੁਆਰਾ ਜਾਦੂ ਟੋਣਾ ਬਾਹਰ ਨਿਕਲੇ ਪਰਮੇਸ਼ਵਰ ਦੇ ਨਾਮ ਜਾਦੂ ਟੋਣਾ ਬਾਹਰ ਨਿਕਲੇ ਪਰਮੇਸ਼ਵਰ ਦੇ ਨਾਮ ਜਾਦੂ ਟੋਣਾ ਬਾਹਰ ਨਿਕਲੇ ਪਰਮੇਸ਼ਵਰ ਦੇ ਨਾਮ ਵੀ ਆਰ ਗੋਡ ਮੈਨੀ ਅਰਬੋਸ ਜ਼ਬੇਨੇ ਬੇਨੇ ਕਬਾ ਨਿਬੂ ਨਮਸਾ ਮਨਾ ਕੋਲੇ ਬੇਨੇ ਕਬਾ ਲਾ ਖਰਸਾ ਮਨਾ ਕੋਲੇ ਬੇਨੀ ਕਲਾ ਬਸੋਰੇ ਬੇਰੇ ਕਲਾ ਬਾ ਸ਼ਬਾ ਨਾ ਕੋਲੇ ਬੇਨੀ ਕਲਾ ਬਸ ਕਲਾ ਹੱਥ ਚੋਕੇ ਕਲਾ ਕਿ ਕ੍ਰਿਸ਼ੂ ਕੇ ਚੰਦਾ ਕਰੋ ਬਤਾ ਕੋ ਨਾਮ ਦੇ ਮੇ ਤੇ ਬਾਈ ਯਿਸੂ ਮਸੀਹ ਨਾਚੀ ਦੇ ਨਾਮ ਦੇ ਸਭ ਸਭ ਨੂੰ ਚੰਗੇ ਸੀ ਕਲਾ ਬਾਲਾ ਬਾਲਾ ਲੈ ਸ਼ਿਫਾ 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 ਪਰਮੇਸ਼ਵਰ ਮੈਂ ਧੰਨਵਾਦ ਕਰਦਾ ਤੁਹਾਡੇ ਨਾਮ ਦੇ ਜਿਹੜੀਆਂ ਮਿਨਿਸਟਰੀਆਂ ਪ੍ਰਭੂ ਸੇਵਾ ਕਰ ਰਹੀਆਂ ਸਾਰਿਆਂ ਨੂੰ ਤੁਹਾਡੇ ਹੱਥ ਵਿੱਚ ਦੇਣਾ ਮੇਰੇ ਪਰਮੇਸ਼ਵਰ ਮਿਨਿਸਟਰੀਆਂ ਨੂੰ ਤੁਹਾਡੇ ਸਾਮਰਥੀ ਹੱਥ ਵਿੱਚ ਦੇਣਾ ਜੋ ਪ੍ਰਭੂ ਜੀ ਆਪਣੇ ਘਰਾਂ ਵਿੱਚ ਚਰਚ ਲੱਗ ਰਹੇ ਨੇ ਮੇਰੇ ਖੁਦਾਵੰਦ ਆਪਣੀ ਫੈਮਲੀ ਨੂੰ ਲੈ ਕੇ ਔਰ ਜਿੰਨੇ ਆਨਲਾਈਨ ਸਾਨੂੰ ਦੇਖ ਰਹੇ ਮੇਰੇ ਪਿਤਾ ਉਹਨਾਂ ਨੂੰ ਤੁਹਾਡੇ ਸਵਰਗੀ ਹੱਥਾਂ ਵਿੱਚ ਦੇਣੇ ਤੁਹਾਡੇ ਸਾਮਰਥੀ ਹੱਥ ਵਿੱਚ ਦੇਣੇ ਤੁਹਾਡੇ ਸਵਰਗੀ ਫਲ ਉਹਨਾਂ ਦੇ ਜੀਵਨ 'ਚ ਵੜਨ ਮੇਰੇ ਪਰਮੇਸ਼ਵਰ ਸਿਲੇਮਾਨ ਦੀ ਬੁੱਧੀ ਪਰਮੇਸ਼ਵਰ ਸਾਡੇ ਜੀਵਨ ਦਾ ਹਿੱਸਾ ਹੈ ਸੋਸ਼ਲ ਮੀਡੀਆ ਦੇ ਦੁਆਰਾ ਪਰਮੇਸ਼ਵਰ ਜਿਹੜੇ ਲੋਕ ਲਗਾਤਾਰ ਸਾਨੂੰ ਦੇਖ ਰਹੇ ਆ ਇਹ ਆਪਣੇ ਘਰਾਂ 'ਚ ਬਲੈਸ ਹੋਣ ਪ੍ਰਭੂ ਖਾਣ ਦੀ ਪਾਉਣ ਦੀ ਚਿੰਤਾ ਨੇ ਤੇ ਜੀਵਨ ਛੱਡ ਕੇ ਚਲੀ ਜਾਏ ਯਿਸੂ ਮਸੀਹ ਦੇ ਨਾਮ ਦੇਸ਼ ਦੀਆਂ ਸਰਕਾਰਾਂ ਨੂੰ ਪ੍ਰਭੂ ਮੈਂ ਤੁਹਾਡੇ ਹੱਥ ਵਿੱਚ ਦੇਣਾ ਔਰ ਪਰਮੇਸ਼ਵਰ ਉਹ ਗਰੀਬ ਜਨਤਾ ਦੇ ਵਾਸਤੇ ਸੋਚਣ ਤੁਹਾਡੇ ਸਾਮਰਥੀ ਨਾਮ 'ਚ ਔਰ ਜੋ ਪ੍ਰਭੂ ਜੀ ਰੋਟੀ ਦਾ ਆਸਰਾ ਭੱਜ ਗਿਆ ਮੇਰੇ ਖੁਦਾਵੰਦ ਤੁਹਾਡੇ ਸਾਮਰਥੀ ਨਾਮ 'ਚ ਪਰਮੇਸ਼ਵਰ ਖੜਾ ਨੇ ਮਰੇ ਬਿਜ਼ਨਸ ਜਿੰਦਾ ਜਿਹੜੇ ਯਿਸੂ ਮਸੀਹ ਦੇ ਨਾਮ 'ਚ ਪਵਿੱਤਰ ਤਾਈ ਬੜੇ ਗੁੱਡ ਨਿਊਜ਼ ਬੜੇ ਇਹਨਾਂ ਦਿਨਾਂ ਤੋਂ ਬਾਅਦ ਪ੍ਰਭੂ ਅੱਛੇ ਦਿਨ ਸਾਡੇ ਜੀਵਨ ਸ਼ੁਰੂ ਹੋ ਰਹੇ The best is come next ਪ੍ਰਭੂ ਮਸੀਹ ਦੇ ਨਾਮ 'ਚ The best is come ਪਰਮੇਸ਼ਵਰ ਅਸੀਂ ਅੱਛੇ ਦਿਨਾਂ ਦੀ ਪ੍ਰੇਰ ਕਰਦੇ ਖੁਦਾਵੰਦ ਤੋਂ ਬੜਨ ਮਹਾਮਾਰੀ ਤੋਂ ਬਾਅਦ ਪਰਮੇਸ਼ਵਰ ਦੇਸ਼ ਬਹਾਲ ਹੋਏ ਜੇ ਜੇ ਜਗ੍ਹਾ ਤੇ ਲੋਕ ਫਸੇ ਮੇਰੇ ਖੁਦਾਵੰਦ ਮੈਂ ਤੁਹਾਡੇ ਹੱਥ ਵਿੱਚ ਦੇਣਾ ਪ੍ਰਭੂ ਸੂਰਜ ਨੂੰ ਮੈਂ ਤੁਹਾਡੇ ਸਾਮਰਥੀ ਹੱਥ ਵਿੱਚ ਦੇਣਾ ਜੇ ਜਗ੍ਹਾ ਤੇ ਪ੍ਰਭੂ ਜੀ ਉਹ ਤੁਹਾਡਾ ਬੱਚਾ ਵਾਪਸ ਆਏ ਮੇਰੇ ਪਰਮੇਸ਼ਵਰ ਸੂਰਜ ਬੱਬੀ ਨੂੰ ਮੈਂ ਤੁਹਾਡੇ ਸਾਮਰਥੀ ਹੱਥ ਵਿੱਚ ਦੇਣਾ ਜੋ ਪਰਮੇਸ਼ਵਰ ਨੂੰ ਬੁਰੀ ਲੱਤ ਤੋਂ ਛੁਡਾਇਆ ਮੈਂ ਤੁਹਾਡੇ ਦਾਸ ਲਈ ਪ੍ਰੇਰ ਕਰਦਾ ਬਜ਼ੁਰਗਾਂ ਲਈ ਖਾਂਸੀ ਦੇ ਕਟਾਣੂ ਉਹਨਾਂ ਦੇ ਜੀਵਨ ਨੂੰ ਛੱਡ ਕੇ ਚਲੇ ਜਾਂਦੇ ਬੁਖਾਰ ਦੀਆਂ ਦੁਸ਼ਟ ਆਤਮਾ ਮਲੇਰੀਆ ਦੀਆਂ ਦੁਸ਼ਟ ਆਤਮਾ ਫਾਇਰ ਦੇ ਨਾਲ ਜਾਣ ਗੁੱਸੇ ਦੇ ਨਾਲ ਪਰਮੇਸ਼ਵਰ ਵਿਰੋਧੀ ਨੂੰ ਜਾਣ ਦਾ ਹੁਕਮ ਦੇਣੇ ਆ ਦੁਸ਼ਟ ਆਤਮਾ ਘਰਾਂ ਨੂੰ ਛੱਡ ਪੈਸੇ ਦੀ ਚਿੰਤਾ ਘਰ ਦੀ ਚਿੰਤਾ ਬੱਚਿਆਂ ਦੀ ਚਿੰਤਾ ਬੇਰੋਜ਼ਗਾਰੀ ਦੀ ਚਿੰਤਾ ਸ਼ੁਰੂ ਨਾ ਹਲਾ ਨਾ ਬੋਜ਼ੇ ਕਿਨੇ ਬਿਨੇ ਕਲਾ ਬਸਾ ਮਲਾ ਕੋਲੇ ਬਿਨੇ ਕਲਾ ਮਾ ਨੀ ਗੂਲੇ ਬਿਸੀ ਨਾ ਮਲਾ ਕਾ ਮਲਾ ਕੋਸੇ ਲੈ ਬਿਨੇ ਕਿਨੇ ਕਾ ਮਲਾ ਕੋਸੇ ਲੈ ਬਾ ਰਿਕਾ ਲਾ ਬਸੋਰੇ ਬਿਨੇ ਕਲਾ ਬਸਾ ਰਾ ਬਰਾ ਕਲਾ ਬਲਾ ਕੇ ਗਿਰ 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 ਸ਼ਰਾ ਬਰਾ ਕਲਾ ਬੋਲੇ ਕਿਨੇ ਬਿਨੇ ਕਲਾ ਬਸੋਰੇ ਬਿਨੇ ਕਾ ਮਲਾ ਕੋਲੇ ਬਸਾ ਮਲਾ ਕੋਲੇ ਬਾ ਫਾਇਰ ਸਬਾ ਬਾ 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 ਨੇ ਬਿਨੇ ਕਿ ਬਿਨੇ ਕਿ ਬਾ ਬਸੂ ਕਲਾ ਲਾ ਬਲੇ ਕੇ ਬਿਨੇ ਕਲਾ ਬਸੋਰੇ ਬਿਨੇ ਕਲਾ ਬਾ ਅਰਨੀ ਬਿਨੇ ਕਲਾ ਬਸੋਰੇ ਬਿਨੇ ਬਿਨੇ ਕਲਾ ਬਸਾ ਰਾ ਬਰਾ ਕਲਾ ਬਲਾ ਗਿਰ 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 ਸ਼ਮਾ ਨਾ ਕਲਾ ਬਸ਼ੂ ਪਾ ਸ਼ਿਫਾ ਸ਼ਿਫਾ ਰਾਜਨ ਔਰ ਸ਼ਮਾ ਦੇ ਵਾਸਤੇ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਵਰਸ਼ਿਪ ਦੀ ਡਿਊਟੀ ਲਈ ਆ ਬੁੱਧਵਾਰ ਔਰ ਸੰਡੇ ਦੀ ਵਰਸ਼ਿਪ ਕਰਨੀ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਸਾਰੇ ਕੰਮ ਮਾਫ ਕਰ ਰਿਹਾ ਜੋ ਘਰਾਂ ਵਿੱਚ ਛੁਪ ਕੇ ਬੈਠੇ ਪ੍ਰਭੂ ਜੀ ਕਹਿ ਰਹੇ ਕਿ ਤੁਹਾਡੀ ਡਿਊਟੀ ਆ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਕਰਨਾ ਜ਼ਿਆਦਾ ਲੋਕਾਂ ਨੂੰ ਅਸੀਂ ਨਹੀਂ ਛੱਡਾਂਗੇ ਜੋ ਸਾਡੀ ਵਰਸ਼ਿਪ ਟੀਮ ਆ ਉਹ ਆਪਣੀ ਡਿਊਟੀ ਨੂੰ ਨਿਭਾਓ
ਧੰਨਵਾਦ ਕਰਦੇ ਪਰਮੇਸ਼ਰ, ਤੁਸੀਂ ਬਿਮਾਰਾਂ ਨੇ ਛੂਹ ਲਿਆ ਜੀ ਪ੍ਰਭੂ, ਤੁਹਾਡਾ ਆਤਮਾ ਛੂਹ ਲਿਆ, ਸਾਡੀ ਵੈਲਿਊ ਬੜੇ ਯਿਸੂ ਮਸੀਹ ਦੇ ਨਾਮ, ਜੋ ਅੱਜ ਦਾ ਵਚਨ ਸੁਣਿਆ ਕਿ ਜਦ ਪ੍ਰਭੂ ਤੁਸੀਂ ਗਧੇ ਤੇ ਸਵਾਰੀ ਕੀਤੀ ਔਰ ਗਧੇ ਦੀ ਵੈਲਿਊ ਬੜੀ, ਸਾਡੀ ਵੈਲਿਊ ਬੜੇ ਯਿਸੂ ਮਸੀਹ ਦੇ ਨਾਮ, ਥੈਂਕ ਯੂ ਜੀਸਸ, ਤੁਹਾਡਾ ਧੰਨਵਾਦ ਕਰਦੇ, ਸਾਰੀ ਮਹਿਮਾ ਸਾਰਾ ਆਦਰ ਤੁਹਾਨੂੰ ਦੇ ਯਿਸੂ ਕੇ ਨਾਮ ਮੇ, ਆਮੀਨ ਆਮੀਨ ਆਮੀਨ। ਸਭ ਅਸੀਂ ਪਰਮੇਸ਼ਵਰ ਵਾਲੀ ਪ੍ਰੇਰ ਕਰਾਂਗੇ, ਬਾਦਸ਼ਾਹ ਕੁਦਰਤ ਜਲਾਲ ਹਮੇਸ਼ਾ ਹਮੇਸ਼ਾ ਤੁਹਾਡਾ ਹੈ, ਆਮੀਨ 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 ਆਮੀਨ। ਖੁਦਾ ਬਾਪ ਕੀ ਮੁਹੱਬਤ, ਪਾਪ ਨੂੰ ਦੀ ਪਾਪ ਤੋਂ ਚਰਾਕਤ ਹੁਣ ਤੋਂ ਲੈ ਕੇ ਸਾਡੇ ਸਾਰਿਆਂ ਨਾਲ, ਇਸ ਘਰ ਦੇ ਨਾਲ, ਇਸ ਮੰਡੀ ਦੇ ਨਾਲ, ਪ੍ਰਭੂ ਤੁਹਾਡੇ ਮੁਕੱਦਸ ਲੋਕਾਂ ਦੇ ਨਾਲ, ਸਾਡੇ ਤਮਾਮ ਸੰਤਾਂ ਦੇ ਨਾਲ ਸਦਾਤਿਕ ਹੁੰਦੀ ਰਹੇ, ਆਮੀਨ ਆਮੀਨ ਆਮੀਨ। ਹਲੇਲੂਯਾ ਹਲੇਲੂਯਾ ਹਲੇਲੂਯਾ, ਸਾਰੇ ਬੋਲੋ ਹਲੇਲੂਯਾ ਹਲੇਲੂਯਾ। The best is come next. ਔਰ ਜਿਹਨੇ ਵੀਵਰਸ ਮੈਨੂੰ ਦੇਖ ਰਹੇ ਆ, ਦਾ ਬੈਸਟ ਇਜ਼ ਕਮ ਨੈਕਸਟ। ਹਰ ਰੋਜ਼ ਮੰਗੋ ਕਿ ਪਰਮੇਸ਼ੁਰ ਸਾਡੇ ਜੀਵਨ 'ਚ ਅੱਛੇ ਦਿਨ ਲੈ ਕੇ ਆ ਰਹੇ ਆ, ਉਹ ਖੁਦਾ ਕਰੇਗਾ, ਕਿਉਂਕਿ ਤੁਹਾਡੀ ਜੀਵ ਦੇ ਵਿੱਚ ਤਾਕਤ ਹੈ, ਤੁਸੀਂ ਜੋ ਕਹੋਗੇ ਹੋਏਗਾ, ਆਮੀਨ। ਪਰਮੇਸ਼ੁਰ ਤੁਹਾਡੇ ਸਾਥ ਹੈ, ਦਾ ਬੈਸਟ ਇਜ਼ ਕਮ ਨੈਕਸਟ, ਆਮੀਨ। ਓਕੇ।